ਹਾਲੇਲੂਇਆ। ਇਹ ਭੈਣ ਦੱਸ ਰਹੀ ਇਹਨਾਂ ਦੇ ਬੇਟੇ ਦੇ ਬਾਹਰ ਜਾਣ ਦੇ ਵਿੱਚ ਬਹੁਤ ਰੁਕਾਵਟ ਸੀ, ਟਿਕਟ ਮਿਸ ਹੋ ਗਈ ਸੀ, ਟਿਕਟ ਮਿਸ ਹੋ ਗਈ ਸੀ, ਇਸ ਕਰਕੇ ਸਾਰਾ ਇੰਤਜ਼ਾਮ ਜੋ ਬਾਹਰ ਜਾਂਦਾ ਸੀ ਬਹੁਤ ਪਰੇਸ਼ਾਨ ਹੋ ਗਿਆ ਸੀ। ਬੇਟਾ ਵੀ ਪਰੇਸ਼ਾਨ ਹੋ ਗਿਆ ਸੀ, ਇਹ ਵੀ ਪਰੇਸ਼ਾਨ ਹੋ ਗਏ ਸੀ। ਪਰ ਉਸ ਸਮੇਂ ਇਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਭਵਨ ਦਾ ਜੋ ਰਸਾਲਾ ਸੀ, ਮੈਗਜ਼ੀਨ ਸੀ, ਉਹਨੂੰ ਵਿਸ਼ਵਾਸ ਨਾਲ ਪੜ੍ਹਨਾ ਸ਼ੁਰੂ ਕੀਤਾ। ਵਿਸ਼ਵਾਸ ਨਾਲ ਇਸ ਲਈ ਪੜ੍ਹਨਾ ਸ਼ੁਰੂ ਕੀਤਾ ਤਾਂ ਜੋ ਇਹਨਾਂ ਨੂੰ ਵਿਸ਼ਵਾਸ ਸੀ ਕਿ ਅੰਬੈਸੀ ਤੋਂ ਫੋਨ ਆਵੇਗਾ ਅਤੇ ਜੋ ਵੀ ਇਹਨਾਂ ਦੀ ਟਿਕਟ ਮਿਸ ਹੋ ਗਈ ਹੈ ਉਹ ਵਾਪਸ ਇਹਨਾਂ ਨੂੰ ਮਿਲ ਜਾਵੇਗੀ। ਅਤੇ ਖੁਦਾ ਨੇ ਇਹਨਾਂ ਦੇ ਵਿਸ਼ਵਾਸ ਨੂੰ ਹੋਰ ਵਧਾਇਆ ਹੈ। ਉਸੇ ਵੇਲੇ ਅੰਬੈਸੀ ਤੋਂ ਫੋਨ ਆਇਆ, ਵਾਪਸ ਬੇਟੀ ਨੂੰ ਬੁਲਾਇਆ ਗਿਆ, ਉਹਨਾਂ ਦੀ ਟਿਕਟ ਉਹਨਾਂ ਨੂੰ ਦੁਬਾਰਾ ਤੋਂ ਮਿਲੀ। ਅਸੀਂ ਸਾਰੇ ਮਿਲ ਕੇ ਸਾਡੀ ਭੈਣ ਦੇ ਨਾਲ, ਇਹਨਾਂ ਦੇ ਬੇਟੇ ਦੇ ਨਾਲ ਮਿਲ ਕੇ ਪਰਮੇਸ਼ਵਰ ਦੀ ਵਡਿਆਈ ਦੇ ਵਿੱਚ ਸਾਰੇ ਜੋਧਾ ਤਾੜੀ ਵਜਾਵਾਂਗੇ। ਪਰਮੇਸ਼ਵਰ ਦੇ ਨਾਮ ਦੀ ਮਹਿਮਾ, ਪਰਮੇਸ਼ਵਰ ਨਾਮ ਦੀ ਵਡਿਆਈ ਹੋਵੇ।